ਦੇ ਪ੍ਰਧਾਨ ਵਿੱਕੀ ਮਹਿਤਾ ਜੀ ਤੇ ਸਾਡੇ ਮੁੱਖ ਮਹਿਮਾਨ ਜਤਿੰਦਰ ਪਾਠਕ ਜੀ ਤੇ ਦਰਜਾ ਬਦਰਜਾ ਸਾਡੇ ਜਿੰਨੇ ਵੀ ਮਹਿਮਾਨ ਹੋ ਰਹੇ ਹਨ ਅਸੀਂ ਸਾਰਿਆਂ ਨੂੰ ਜੀਆਂ ਆਖਦੇ ਹਾਂ। ਸੀਪਲ ਗਾਰਮੈਂਟ ਤੋਂ ਮੇਰੇ ਵੀਰ ਉਹ ਵੀ ਇੱਥੇ ਪਹੁੰਚੇ ਹਨ, ਅਸੀਂ ਉਹਨੂੰ ਵੀ ਜੀਆਂ ਆਖਦੇ ਹਾਂ, ਸਵਾਗਤ ਕਰਦੇ ਹਾਂ। ਦੋਸਤੋ ਅੱਜ ਦਾ ਇਹ ਸਮਾਗਮ ਬੜੀ ਲੰਬੇ ਸਮੇਂ ਤੋਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਅੜੀਕ ਸੀ ਕਿ ਕਿਆ ਕਦੇ ਹੋਲਿਕਾ ਦਹਨ ਸਾਡੇ ਸ਼ਹਿਰ ਸਾਡੇ ਪੰਜਾਬ ਦੇ ਵਿੱਚ ਕਰਾਇਆ ਜਾਊ। ਸੋ ਅੱਜ ਤੋਂ 10 ਦਿਨ ਪਹਿਲਾਂ ਜਦੋਂ ਸ੍ਰੀ ਸਨਾਤਨ ਧਰਮ ਸਰਵ ਅਧਿਕਾਰੀ ਸੇਵਾ ਮੰਡਲ ਅਤੇ ਤੁਹਾਡੇ ਹੀ ਇਸ ਇਲਾਕੇ ਦਾ ਜੰਪਲ ਸੰਜੂ ਸਾਹਨੇ ਵਾਲੀ ਅਸੀਂ ਸਾਰੇ ਇਕੱਠੇ ਹੋਏ ਇੱਕ ਸੋਚ ਤੇ ਕਿ ਕਿਉਂ ਨਾ ਹੋਲੀ ਦੇ ਇਸ ਪਾਵਨ ਦਿਹਾੜੇ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇ। ਸਾਡੀਆਂ ਗੱਲਾਂ ਸਾਂਝੀਆਂ ਹੋਈਆਂ ਕਿ ਜਦੋਂ ਯੂਪੀ ਦੇ ਵਿੱਚ, ਜਦੋਂ ਮਹਾਰਾਸ਼ਟਰ ਦੇ ਵਿੱਚ, ਜਦੋਂ ਬੰਗਾਲ ਦੇ ਵਿੱਚ ਹੋਲੀ ਦਹਨ ਦਾ ਪ੍ਰੋਗਰਾਮ ਮਨਾਇਆ ਜਾਂਦਾ ਹੈ, ਕੀ ਇਸ ਲਈ ਸਮਾਗਮ ਅਸੀਂ ਆਪਣੇ ਪੰਜਾਬ ਆਪਣੇ ਸ਼ਹਿਰ 'ਚ ਨਹੀਂ ਮਨਾ ਸਕਦੇ? ਤਾਂ ਸਾਡੇ ਸਾਰੇ ਹੀ ਮੈਂਬਰਾਂ ਨੇ ਇੱਕ ਹਾਮੀ ਭਰੀ ਕਿ ਆਓ ਰਲ ਕੇ